ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦਾ ਰੇਲ ਬਜਟ ਅੱਜ ਦੇ ਦੋ ਵੱਡੇ ਮੁੱਦੇ ਨੇ। ਇਹਨਾਂ ਮੁੱਦਿਆਂ 'ਤੇ ਗੱਲ ਕਰਨ ਲਈ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਵੇਖਦੇ ਹਾਂ ਉਹਨਾਂ ਦੇ ਇਸ ਮੁੱਦਿਆਂ 'ਤੇ ਕੀ ਕਹਿਣਾ। ਡਾਕਟਰ ਸਾਹਿਬ, ਅਰਵਿੰਦ ਕੇਜਰੀਵਾਲ ਵੱਲੋਂ ਜੋ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਗਈ, ਉਹ ਪੰਜਾਬ ਦੌਰੇ 'ਤੇ ਆਏ ਨੇ, ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਆ? ਦੇਖੋ, ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਪੰਜਾਬ ਦੌਰਾ ਜੀ, ਉਹਨੂੰ ਮੈਂ ਕਹਿ ਸਕਦਾ ਕਿ ਟੋਟਲੀ ਇੱਕ ਸਿਆਸੀ ਡਰਾਮਾ ਜੀ, ਕਿਉਂਕਿ ਨਾ ਤਾਂ ਉਹਦੇ ਵਿੱਚ ਕੋਈ ਕਿਸਾਨੀ ਵਾਸਤੇ ਦਰਦ ਹੈ, ਨਾ ਕੋਈ ਪੰਜਾਬ ਦੇ ਲੋਕਾਂ ਵਾਸਤੇ ਦਰਦ ਹੈ ਜੀ। ਔਰ ਇਹ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਇਲੈਕਸ਼ਨ ਈਅਰ ਚੱਲ ਰਿਹਾ, ਉਹਨੂੰ ਦੇਖ ਕੇ ਜਿਹੜੀ ਸਿਆਸੀ ਪੈਤਰੇਬਾਜ਼ੀ ਹੈ ਉਹ ਸਾਰੀ ਖੇਡੀ ਜਾ ਰਹੀ ਹੈ, ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਪੁੱਛਦਾ ਕਿ ਜੇ ਉਹਨਾਂ ਨੂੰ ਐਡਾ ਹੀ ਮਨੁੱਖਤਾ ਦਾ ਦਰਦ ਹੈ ਤੇ ਕੇਜਰੀਵਾਲ ਸਾਹਿਬ ਹਰਿਆਣੇ ਦੇ ਜੰਮਪਲ ਹੈ, ਹਰਿਆਣੇ ਦੇ ਵਿੱਚ ਅਰਬਾਂ ਰੁਪਈਆਂ ਦੀਆਂ ਪ੍ਰਾਪਰਟੀ ਜਿਹੜੀਆਂ ਪਿਛਲੇ 10 ਸਾਲਾਂ ਦੇ ਵਿੱਚ ਉਹ ਅਗਨੀ ਭੇਟ ਹੋ ਗਈਆਂ ਜੀ, ਦਰਜਨਾਂ ਵਿਅਕਤੀ ਉੱਥੇ ਜਿਹੜੇ ਹੈ ਹਿੰਸਾ ਦੇ ਵਿੱਚ ਮਾਰੇ ਗਏ ਜੀ। ਔਰ ਬਹੁਤ ਵੱਡਾ ਸਹਿਮ ਜਿਹੜਾ ਉਹ ਹਰਿਆਣੇ ਦੇ ਲੋਕਾਂ ਦੇ ਵਿੱਚ ਕਈ ਦਿਨ ਜਿਹੜੀ ਸਟੇਟ ਹੈ ਉਹ ਸਾਰੇ ਦੇਸ਼ ਨਾਲੋਂ ਕੱਟੀ ਗਈ ਜੀ। ਜਿਹੜਾ ਵਿਅਕਤੀ ਹਰਿਆਣੇ ਦਾ ਜੰਮਪਲ ਹੈ ਜੀ, ਔਰ ਦਿੱਲੀ ਜਿਹੜੀ ਹੈ ਹਰਿਆਣੇ ਦੇ ਬਿਲਕੁਲ ਨਾਲ ਲੱਗਦੀ ਜੀ, ਉਹ ਹਰਿਆਣੇ ਦੇ ਵਿੱਚ ਕਿਸੇ ਦੇ ਵਾਸਤੇ ਹਾਹ ਦਾ ਨਾਰਾ ਮਾਰਨ ਵਾਸਤੇ ਜਾਂ ਕਿਸੇ ਦੇ ਨਾਲ ਅਫਸੋਸ ਪ੍ਰਗਟ ਕਰਨ ਵਾਸਤੇ ਨਹੀਂ ਗਏ ਜੀ। ਫਿਰ ਇੱਕੋ ਇੱਕ ਕਾਰਨ ਹੈ ਕਿ ਉੱਥੇ 4 ਸਾਲ ਬਾਅਦ ਇਲੈਕਸ਼ਨ ਹੋਣੀ ਹੈ ਅਤੇ ਪੰਜਾਬ ਦੇ ਵਿੱਚ ਇਸ ਸਾਲ ਇਲੈਕਸ਼ਨ ਹੋਣੀ ਹੈ, ਇਸ ਕਰਕੇ ਹਰਿਆਣਾ ਲੰਘ ਕੇ ਅਤੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਜ਼ਰ ਆਉਂਦੀਆਂ ਜੀ। ਲੇਕਿਨ ਜਿੱਥੇ ਐਡਾ ਵੱਡਾ ਨੁਕਸਾਨ ਹੋਇਆ ਉੱਥੇ ਉਹਨਾਂ ਦੀ ਜਾਣ ਦੀ ਹਾਲੇ ਤੱਕ ਹਿੰਮਤ ਨਹੀਂ ਪਈ ਜੀ। ਔਰ ਦੂਜੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਪਠਾਨਕੋਟ ਵੀ ਆਏ ਸੀ ਜਦੋਂ ਏਅਰਬੇਸ 'ਤੇ ਅਟੈਕ ਹੋਇਆ ਸੀ ਜੀ। ਚੰਗੀ ਗੱਲ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਦੇ ਜਿਹੜੇ 2 ਸਾਡੇ ਨੌਜਵਾਨ ਸ਼ਹੀਦ ਹੋਏ ਸੀ ਜੀ, ਉਹਨਾਂ ਦੇ ਉਹ ਘਰਾਂ 'ਚ ਵੀ ਗਏ ਸੀ, 2-2 ਲੱਖ ਰੁਪਈਆ ਵੀ ਦਿੱਤਾ ਸੀ ਜੀ। ਪਰ ਨਾਲ ਦੀ ਨਾਲ ਮੈਂ ਪੁੱਛਣਾ ਚਾਹੁੰਦਾ ਕਿ 2 ਨਹੀਂ ਸ਼ਹੀਦ ਹੋਏ ਸੀ, ਉੱਥੇ ਹੋਰ ਵੀ ਜਵਾਨ ਦੂਜੀਆਂ ਸਟੇਟਾਂ ਦੇ ਸ਼ਹੀਦ ਹੋਏ ਸੀ, ਜਿਹਦੇ 'ਚ ਇੱਕ ਹਰਿਆਣੇ ਦਾ ਗੁਰਸੇਵਕ ਸਿੰਘ ਵੀ ਸੀ ਅੰਬਾਲੇ ਦਾ ਜੀ, ਤੇ ਉਹਦੇ ਪਰਿਵਾਰ ਨੂੰ 2 ਲੱਖ ਰੁਪਈਆ ਕਿਉਂ ਨਹੀਂ ਦਿੱਤਾ ਜਦੋਂ ਕਿ ਸਾਡੇ ਜਵਾਨਾਂ ਨੂੰ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ। ਇਹ ਸ਼ਹੀਦਾਂ ਦੇ ਵਿੱਚ ਵੀ ਵਿਤਕਰਾ ਇਸ ਕਰਕੇ ਵੀ ਜਿਹੜੇ ਸਟੇਟ ਦੇ ਵਿੱਚ ਇਲੈਕਸ਼ਨ ਹੋਵੇ ਉੱਥੇ ਦੇ ਸ਼ਹੀਦ ਨੂੰ ਪੈਸੇ ਦੇ ਦਿਓ ਜੀ, ਉਹ ਸ਼ਹੀਦ ਦੇ ਮਾਤਾ ਪਿਤਾ ਨੂੰ ਜਾ ਕੇ ਅਫਸੋਸ ਕਰਕੇ ਫੋਟੋ ਖਿਚਾ ਲਓ, ਔਰ ਜਿਸ ਸਟੇਟ ਦੇ ਵਿੱਚ ਇਲੈਕਸ਼ਨ ਨਹੀਂ ਉੱਥੇ ਦੇ ਸ਼ਹੀਦ ਨੂੰ ਪੈਸੇ ਦੇਣ ਦੀ ਵੀ ਲੋੜ ਨਹੀਂ, ਉੱਥੇ ਦੇ ਪਰਿਵਾਰਾਂ ਨਾਲ ਅਫਸੋਸ ਕਰਨ ਦੀ ਵੀ ਲੋੜ ਨਹੀਂ, ਇਹ ਰਾਜਨੀਤੀ ਜਿਹੜੀ ਹੈ ਉਹ ਕਿੰਨੀ ਦੇਰ ਚੱਲੇਗੀ ਜੀ ਜੀ। ਔਰ ਜਿਸ ਸਟੇਟ ਵਿੱਚੋਂ ਚੱਲ ਕੇ ਆਏ ਆ ਉੱਥੇ ਉਹਨਾਂ ਨੇ ਐਸ ਆਈ ਟੀ ਬਣਾ ਕੇ 1984 ਦੇ ਕਤਲੇਆਮ ਦੇ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਹੀ ਸੀ ਜੀ, ਜਿਹੜੀ 10 ਦਿਨ ਪਹਿਲਾਂ ਉਹਨਾਂ ਦੀ ਪਹਿਲੀ ਵਾਰੀ ਜ਼ਿੰਦਗੀ 'ਚ ਕਿਤੇ ਹੱਸਦਿਆਂ ਫੋਟੋ ਛੱਪੀ ਹੈ ਕੇਜਰੀਵਾਲ ਜੀ ਨੇ, ਤੇ ਅੱਜ ਤੱਕ ਕਦੀ ਮੈਂ ਉਹਨਾਂ ਨੂੰ ਹੱਸਦਿਆਂ ਨਹੀਂ ਦੇਖਿਆ, ਉਹਨਾਂ ਦੀ ਸ਼ਖਸੀਅਤ ਦਾ ਇਹ ਪੱਖ ਹੈ ਜੀ। ਲੇਕਿਨ ਉਹ ਫੋਟੋ ਹੱਸਦਿਆਂ ਟਾਈਟਲਰ ਦੇ ਨਾਲ ਹੱਥ ਮਿਲਾਉਂਦਿਆਂ ਦੀ ਹੈ, ਕੀ ਸੰਦੇਸ਼ ਜਿਹੜਾ ਉਹ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਜਿਹਨੂੰ ਮਨੁੱਖਤਾ ਦਾ ਕਾਤਲ ਮੰਨਿਆ ਜਾਂਦਾ, ਸਿੱਖ ਕੌਮ ਦਾ ਕਾਤਲ ਮੰਨਿਆ ਜਾਂਦਾ ਜੀ, ਉਹਦੇ ਨਾਲ ਹੱਥ ਮਿਲਾਉਂਦੇ ਤੇ ਕੇਜਰੀਵਾਲ ਸਾਹਿਬ ਖਿੜਖਿੜਾ ਕੇ ਹੱਸ ਰਹੇ ਆ, ਅਦਰਵਾਈਜ਼ ਉਹਨਾਂ ਦੇ ਚਿਹਰੇ 'ਤੇ ਕਦੀ ਰੌਣਕ ਨਹੀਂ ਆਈ। ਇਹ ਗੱਲਾਂ ਜਿਹੜੀਆਂ ਖੋਖਲੇ ਪਨ ਦੀਆਂ ਔਰ ਦੋਹਰੀ ਰਾਜਨੀਤੀ ਦੀਆਂ ਪ੍ਰਤੀਕ ਆ। ਕੇਜਰੀਵਾਲ ਦੇ ਦੌਰੇ ਦੇ ਨਾਲ ਜੋ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਰਾਤੋਂ ਰਾਤ ਜੋ ਮੁਆਵਜ਼ਾ ਦਿੱਤਾ ਗਿਆ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ, ਪਹਿਲਾਂ ਸਰਕਾਰ ਨੇ ਸਾਰ ਨਹੀਂ ਲਈ ਪੰਜਾਬ ਸਰਕਾਰ ਨੇ ਉਹਨਾਂ ਦੀ, ਤੁਸੀਂ ਇਹਦੇ 'ਤੇ ਕੀ ਕਹੋਗੇ? ਦੇਖੋ, ਇਹਨਾਂ ਦੀ ਝੂਠ ਬੋਲਣ ਦੀ ਆਦਤ ਹੈ, ਇਹ ਅੱਜ ਦੀ ਨਹੀਂ ਬਣੀ, ਕਈ ਸਾਲਾਂ ਦੀ ਪਾਲਿਸੀ ਬਣੀ ਜੀ, ਔਰ ਲਗਾਤਾਰ ਜਿਹੜੀ ਆ ਚੱਲ ਰਹੀ ਆ। ਔਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੋਈ ਆਸਾਨ ਕਰ ਰਹੇ ਹਾਂ, ਕਿਸੇ ਖੁਦਕੁਸ਼ੀ ਵਾਲੇ ਪਰਿਵਾਰ ਨੂੰ ਅਗਰ ਮਦਦ ਦਿੱਤੀ ਜਾਂਦੀ ਹੈ, ਸਰਕਾਰ ਆਪਣੀ ਜੋ ਮਿਨੀਮਮ ਜ਼ਿੰਮੇਵਾਰੀ ਹੁੰਦੀ ਹੈ ਉਹ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜੀ, ਇਸ ਕਰਕੇ ਅਸੀਂ ਇਹਨਾਂ ਵਾਂਗੂ ਨਹੀਂ ਕਰਦੇ। ਮੈਂ ਦੱਸਿਆ ਨਾ ਕਿ ਜਿਸ ਸੂਬੇ ਵਿੱਚ ਇਲੈਕਸ਼ਨ ਹੋਵੇ ਉੱਥੇ ਦੇ ਸ਼ਹੀਦ ਨੂੰ 2 ਲੱਖ ਦੇ ਦਿਓ ਜੀ, ਤੇ ਦੂਜੇ ਦੇ ਘਰ ਜਿਹੜਾ ਤੁਸੀਂ ਅਫਸੋਸ ਕਰਨ ਵੀ ਨਾ ਜਾਓ, ਇਹ ਨੀਤੀਆਂ ਇਹਨਾਂ ਲੋਕਾਂ ਦੀਆਂ ਜੀ ਜੀ।
ਚੀਮਾ ਸਾਹਿਬ, ਅੱਜ ਜੋ ਰੇਲ ਬਜਟ ਪੇਸ਼ ਹੋਇਆ ਪੰਜਾਬ ਲਈ ਕੋਈ ਵੱਡਾ ਐਲਾਨ ਨਹੀਂ ਹੋਇਆ। ਪੰਜਾਬ ਸਰਕਾਰ ਨੂੰ ਆਸ ਸੀ ਕਿ ਪੰਜਾਬ ਲਈ ਕੋਈ ਵੱਡੇ ਐਲਾਨ ਰੇਲਵੇ ਮੰਤਰੀ ਵੱਲੋਂ ਕੀਤੇ ਜਾਣਗੇ। ਚਲੋ, ਗੱਲ ਇਹ ਹੈ ਕਿ ਅਸੀਂ ਅੱਗੋਂ ਵਾਸਤੇ ਵੀ ਆਸਵੰਦ ਹਾਂ ਕਿ ਜਿਹੜਾ ਅੱਛਾ ਰੇਲਵੇ ਬਜਟ ਪੇਸ਼ ਹੋਇਆ, ਲੇਕਿਨ ਜਿਹੜੀਆਂ ਪੰਜਾਬ ਦੀਆਂ ਕੁਛ ਕੁ ਮੰਗਾਂ ਹੈਗੀਆਂ, ਅਸੀਂ ਚਾਹੁੰਦੇ ਹਾਂ ਕਿ ਜੀ ਜੇ ਇਸ ਵਾਰੀ ਨਹੀਂ ਹੋਇਆ ਤਾਂ ਅਗਲੀ ਵਾਰੀ ਇਸ ਤੋਂ ਹੋਰ ਬੈਟਰ ਚੀਜ਼ਾਂ ਹੋ ਜਾਣਗੀਆਂ, ਲੇਕਿਨ ਕਈ ਚੀਜ਼ਾਂ ਹੋਈਆਂ ਵੀ ਹੈ। ਲੇਕਿਨ ਫਿਰ ਵੀ ਅਸੀਂ ਆਸਵੰਦ ਹਾਂ ਕਿ ਸਰਕਾਰ ਹਾਲੇ ਨਵੀਂ ਬਣੀ ਹੈ, ਸ਼ੁਰੂਆਤ ਹੈ ਜੀ, ਔਰ ਆਉਣ ਵਾਲਾ ਰੇਲਵੇ ਬਜਟ ਜਿਹੜਾ ਇਸ ਤੋਂ ਬੈਟਰ ਹੋ ਜਾਏ ਜੀ। ਸੋ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਚੀਮਾ ਜੀ। ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਅਤੇ ਇਹ ਵੀ ਕਹਿ ਰਿਹਾ ਕਿ ਪੰਜਾਬ ਦੇ ਜੋ ਮਸਲੇ ਨੇ, ਸਿੱਖ ਮਸਲੇ ਨੇ, ਉਹਨਾਂ 'ਤੇ ਅਰਵਿੰਦ ਕੇਜਰੀਵਾਲ ਪੂਰੀ ਤਰ੍ਹਾਂ ਫੇਲ ਹੋਏ ਨੇ।